ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ, ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ। ਸ਼ੁਰੂਆਤ ਕਰਾਂਗੇ ਸੁਪਰ ਫਾਸਟ ਖਬਰਾਂ ਦੀ। ਸੰਗਰੂਰ ਤੋਂ ਬਾਅਦ ਪਟਿਆਲਾ 'ਚ ਵੀ ਪਿਆ ਪਹਾੜ, ਪਿੰਡ ਘੱਗਾ ਦੇ ਵਿੱਚ ਪਿਆ ਪਹਾੜ, ਕਈ ਪਿੰਡਾਂ 'ਚ ਹੜ੍ਹ ਦਾ ਖਤਰਾ। ਘੱਗਰ ਬੰਨ ਟੁੱਟਣ ਦਾ ਮਾਮਲਾ, 35 ਘੰਟਿਆਂ ਬਾਅਦ ਵੀ ਨਹੀਂ ਬਦਲੇ ਹਾਲਾਤ, ਫੌਜ ਵੱਲੋਂ ਬਚਾਅ ਕਾਰਜ ਜਾਰੀ। ਘੱਗਰ ਦੇ ਪਾਣੀ ਨਾਲ 10 ਕਿਲੋਮੀਟਰ ਤੱਕ ਫਸਲ ਬਰਬਾਦ, ਮੁਣਕ ਪਿੰਡ ਤੱਕ ਪਹੁੰਚਿਆ ਪਾਣੀ। ਲੋਕਾਂ ਵੱਲੋਂ ਵੀ ਪਾੜ ਨੂੰ ਭਰਨ ਦੇ ਲਈ ਜਦੋਜਹਿਦ ਜਾਰੀ, ਹਜ਼ਾਰਾਂ ਏਕੜ ਦੀ ਫਸਲ ਬਰਬਾਦ। ਚੰਡੀਗੜ੍ਹ 'ਚ ਹੋਈ ਭਾਰੀ ਬਰਸਾਤ, ਤਾਪਮਾਨ 'ਚ ਆਈ ਗਿਰਾਵਟ, ਅਸਮਾਨ 'ਚ ਛਾਏ ਕਾਲੇ ਬੱਦਲ। ਭਾਰੀ ਮੀਂਹ ਦੇ ਨਾਲ ਨਾਲ ਚੱਲ ਰਹੀਆਂ ਨੇ ਤੇਜ਼ ਹਵਾਵਾਂ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ। ਘੱਗਰ ਦਰਿਆ 'ਚ ਆਏ ਹੜ੍ਹ ਦੇ ਚੱਲਦਿਆਂ ਮੁਨਕ ਇਲਾਕੇ ਦੇ ਹਜ਼ਾਰਾਂ ਏਕੜ ਦੀ ਫਸਲ ਬਰਬਾਦ, ਡੁੱਬ ਕੇ ਹੋਈ ਤਬਾਹ। ਦਰਿਆ ਦਾ ਪਾੜ 150 ਫੁੱਟ ਤੱਕ ਪਹੁੰਚ ਗਿਆ, NDRF ਤੇ ਫੌਜ ਵੱਲੋਂ ਦਰਿਆ ਬੰਨਣ ਦੇ ਲਈ ਕੀਤਾ ਜਾ ਰਿਹਾ ਕੰਮ। ਨਵਾਂ ਸ਼ਹਿਰ ਦੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ, ਜਿਸ ਦੇ ਚੱਲਦਿਆਂ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਅਸਮਾਨ ਦੇ ਵਿੱਚ ਵੀ ਕਾਲੇ ਬੱਦਲ ਛਾਏ ਰਹੇ, ਸਵੇਰ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ। ਨਾਭਾ 'ਚ ਮੀਂਹ ਕਾਰਨ ਕਈ ਪਿੰਡਾਂ ਦੇ ਕਿਸਾਨਾਂ ਦੇ ਝੋਨੇ ਦੀ ਫਸਲ ਬਰਬਾਦ, ਡੁੱਬ ਕੇ ਹੋਈ ਤਬਾਹ। ਬੀਤੇ 10 ਦਿਨਾਂ ਤੋਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਮਦਦ ਨਹੀਂ ਮਿਲੀ, ਜਿਸ ਦੇ ਚੱਲਦੇ ਕਿਸਾਨਾਂ ਨੇ ਜਾਮ ਦੀ ਦਿੱਤੀ ਹੈ ਚੇਤਾਵਨੀ। ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ, ਪਰ ਕਾਂਗਰਸ ਸਰਕਾਰ ਨੇ 1 ਵੀ ਰੁਪਇਆ ਨਹੀਂ ਖਰਚ ਕੀਤਾ। ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਕਾਂਗਰਸ ਉੱਪਰ ਕੋਈ ਵੀ ਫੰਡ ਜਾਰੀ ਨਾ ਕਰਨ ਦੇ ਇਲਜ਼ਾਮ ਲਗਾਏ। ਪੰਜਾਬ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਵਜੋਂ ਜਾਣੀ ਜਾਂਦੀ ਮਲੇਰਕੋਟਲਾ ਦੀ ਸਬਜ਼ੀ ਮੰਡੀ ਦੇ ਵਿੱਚ ਬਰਸਾਤ ਦੇ ਚੱਲਦਿਆਂ ਸਬਜ਼ੀਆਂ ਦੀ ਆਮਦ ਘਟੀ। ਆਮਦ ਘੱਟ ਹੋਣ ਕਰਕੇ ਸਬਜ਼ੀਆਂ ਦੇ ਭਾਅ ਵਧੇ, ਜਿਸ ਦੇ ਚੱਲਦਿਆਂ ਕਈ ਗੁਣਾ ਵਧੇ ਮਹਿੰਗੀ ਸਬਜ਼ੀਆਂ ਦੇ ਵਿੱਚ, ਗਰੀਬਾਂ ਦੇ ਵਿੱਚ ਅਫਰਾ ਤਫਰੀ। ਗੁਰਦਾਸਪੁਰ ਦੇ ਪਿੰਡ ਖੋਜੇਪੁਰ ਦੀਆਂ ਗਲੀਆਂ 'ਚ ਖੜਾ ਛੱਪੜ ਤੇ ਮੀਂਹ ਦਾ ਪਾਣੀ ਮੁਸ਼ਕਲਾਂ ਦੇ ਨਾਲ ਬਿਮਾਰੀਆਂ ਵੀ ਪੈਦਾ ਕਰ ਰਿਹਾ। ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਚੁੱਕਿਆ, ਪ੍ਰਸ਼ਾਸਨ ਨੂੰ ਸੂਚਨਾ ਦੇਣ 'ਤੇ ਵੀ ਕਾਰਵਾਈ ਨਹੀਂ ਹੋਈ ਹੈ। ਉਧਰ DDPO ਨੇ ਫੰਡ ਰਿਲੀਜ਼ ਹੋਣ ਦੇ ਸਮੱਸਿਆ ਦੇ ਪੱਕੇ ਹੱਲ ਦਾ ਭਰੋਸਾ ਦਿੱਤਾ। ਅਸਮ 'ਚ ਵੀ ਹੜ੍ਹ ਦਾ ਕਹਿਰ, ਹੁਣ ਤੱਕ 39 ਲੋਕ ਮਾਰੇ ਜਾਣ ਦੀ ਖ਼ਬਰ।
ਕਰਤਾਰਪੁਰ ਸਾਹਿਬ ਕੋਰੀਡੋਰ ਤੇ ਵੱਡੀ ਖਬਰ, ਇਸ ਮਹੀਨੇ ਦੇ ਅਖੀਰ ਦੇ ਵਿੱਚ ਫਿਰ ਹੋ ਸਕਦੀ ਹੈ ਭਾਰਤ ਪਾਕ ਮੀਟਿੰਗ। ਭਾਰਤ ਨੇ ਪਾਕਿਸਤਾਨ ਨੂੰ ਭੇਜਿਆ ਸੀ ਮੀਟਿੰਗ ਲਈ ਪ੍ਰਸਤਾਵ, ਦੋਹਾਂ ਮੁਲਕਾਂ ਦੇ ਮਾਹਰ ਹੋਣਗੇ ਆਮੋ ਸਾਹਮਣੇ। ਮੀਟਿੰਗ ਦੇ ਵਿੱਚ ਰਾਵੀ ਦਰਿਆ ਤੇ ਪੁਲ ਬਣਾਉਣ ਸੰਬੰਧੀ ਹੋਏਗੀ ਚਰਚਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਪੁਲ ਪਾਕਿਸਤਾਨ ਨੇ ਬਣਾਉਣਾ ਹੈ ਉਹ ਨਵੰਬਰ ਤੱਕ ਵੀ ਮੁਕੰਮਲ ਨਹੀਂ ਹੋਏਗਾ, ਕਿਉਂਕਿ ਉਸਦਾ ਹੁਣ ਤੱਕ ਨਕਸ਼ਾ ਵੀ ਨਹੀਂ ਬਣਿਆ।